ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਕੀ ਹਾਲ ਆ ਮੇਰੇ ਸ਼ਹਿਰ ਦਾ, ਸਵਾਗਤ ਹੈ ਤੁਹਾਡਾ। ਅੱਜ 2 ਮਾਰਚ ਸਵੇਰ ਦਾ ਵੇਲਾ, ਕੋਈ 10:30-11 ਦਾ ਮੈਂ ਖੜ੍ਹਾ ਜੀ। ਜੇ ਜ਼ਿਆਦਾ ਆਪਾਂ ਲੈਂਡਮਾਰਕ ਦੀ ਗੱਲ ਕਰੀਏ ਤਾਂ ਮਿੱਤਲ ਮੌਲ ਜਿਹੜਾ, ਉਸ ਤੋਂ ਜਦੋਂ ਆਪਾਂ ਇੱਧਰ ਨੂੰ ਮੇਨ ਸੜਕ ਨੂੰ ਜਾਂਦੇ ਹਾਂ ਤਾਂ ਇੱਕ ਚੁਰਸਤਾ ਬਣ ਜਾਂਦਾ ਹੈ। ਇਸ ਚੁਰਸਤੇ 'ਤੇ ਮੈਂ ਖੜ੍ਹਾ ਤਾਂ ਅਸੀਂ ਇਹ ਦੇਖਦੇ ਹਾਂ ਸ਼ਹਿਰ ਦੇ ਕਿਸੇ ਵੀ ਨੁੱਕਰ ਦੇ ਵਿੱਚ ਮੈਨੂੰ ਹਾਲੇ ਤੱਕ ਸਫਾਈ ਨਹੀਂ ਦਿਖੀ। ਗੱਲ ਅਸੀਂ ਕਰਦੇ ਹਾਂ ਸਵੱਛ ਅਭਿਆਨ ਦੀ, ਵੀ ਸਵੱਛ ਅਭਿਆਨ ਦੇ ਅਸੀਂ ਬੜੇ ਵੱਡੇ ਵੱਡੇ ਪੇਂਟਿੰਗਸ ਲਾਈਆਂ, ਬੈਨਰਸ ਲਾਏ ਨੇ, ਪੋਸਟਰਸ ਲਾਏ ਨੇ। ਕਹਿਣ ਨੂੰ ਸਾਡਾ ਸ਼ਹਿਰ ਮੇਰਾ ਖਿਆਲ ਹੈ ਵੀ ਦੂਜੇ ਨੰਬਰ 'ਤੇ ਆਉਂਦਾ ਸਫਾਈ ਦੇ ਹਿਸਾਬ ਨਾਲ, ਪਰ ਕਾਫੀ ਅਰਸੇ ਤੋਂ ਮੈਂ ਤੁਹਾਨੂੰ ਇਹ ਦਿਖਾਉਂਦਾ ਆ ਰਿਹਾ ਵੀ ਸਾਡੇ ਸ਼ਹਿਰ ਦੇ ਵਿੱਚ ਹਾਲ ਕੀ ਹੈ। ਤਾਂ ਜੇ ਹਾਲ ਦੀ ਮੈਂ ਗੱਲ ਕਰਾਂ ਤਾਂ ਇੱਥੇ ਇਸ ਏਰੀਏ ਦੇ ਵਿੱਚ ਬਹੁਤ ਬੁਰਾ ਹਾਲ ਹੈ। ਬੜਾ ਲੋਕਾਂ ਨੇ ਲੱਖਾਂ ਕਰੋੜਾਂ ਰੁਪਈਆ ਲਾ ਕੇ ਬੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਨੇ। ਉਹ ਚੀਜ਼ਾਂ ਦੀ ਕਦਰ ਤੁਸੀਂ ਦੇਖੋ ਅਸੀਂ ਕੀ ਕਰਦੇ ਹਾਂ, ਸਾਡਾ ਸੰਬੰਧਿਤ ਮਹਿਕਮੇ ਕਿਸ ਤਰੀਕੇ ਨਾਲ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਨੇ। ਕੁਛ ਲੋਕ ਇੱਥੇ ਖੜ੍ਹੇ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਰੇਸ਼ ਕੁਮਾਰ ਜੀ। ਕੀ ਕਰਦੇ ਹੋ? ਮੇਰਾ ਫਾਸਟ ਫੂਡ ਦਾ ਕੰਮ ਹੈ ਜੀ। ਫਾਸਟ ਫੂਡ ਦਾ ਕੰਮ? ਕਿੰਨੀ ਦੇਰ ਤੋਂ ਇੱਥੇ ਕੰਮ ਕਰਦੇ ਆ? ਇਹ ਤਾਂ ਮੈਨੂੰ 2-3 ਸਾਲ ਹੋ ਗਏ। 2-3 ਸਾਲ ਹੋ ਗਏ। ਹੁਣ ਇਹ ਐਡੀ ਸੋਹਣੀ ਸੜਕ ਹੈ, ਐਡਾ ਸੋਹਣਾ ਏਰੀਆ, ਇਸ ਏਰੀਏ ਦੇ ਵਿੱਚ ਤੁਹਾਨੂੰ ਤੁਸੀਂ ਦੇਖੋ, ਜੇ ਮੈਂ ਇੱਧਰ ਨਿਗਾਹ ਮਾਰਾਂ ਤਾਂ ਇੱਧਰ ਗੰਦ ਦਿਖਦਾ, ਜੇ ਮੈਂ ਇੱਧਰਲੇ ਪਾਸੇ ਨਿਗਾਹ ਮਾਰਦਾ ਤਾਂ ਵੀ ਗੰਦ ਲੱਗਦਾ। ਤੁਹਾਡੇ ਬਿਲਕੁਲ ਪਿੱਛੇ ਦੇਖ ਲਈਏ, ਚਲੋ ਇੱਕ ਵਾਰੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਪਰ ਮੈਂ ਕੈਮਰਾਮੈਨ ਸਾਹਿਬ ਨੂੰ ਦਿਖਾਊਂਗਾ ਵੀ ਆਹ ਦਿਖਾ ਦਿਓ। ਇਹ ਸਿਰਫ ਛੋਟਾ ਜਿਹਾ ਟੋਟਾ ਹੈ ਨਾ, ਉਹਦਾ ਹੀ ਕੋਈ ਧਿਆਨ ਨਹੀਂ। ਛੋਟੇ ਛੋਟੇ ਤੁਸੀਂ ਮੈਨੂੰ ਲੱਗਦਾ 3-3 ਇੰਚ ਦੇ ਟੋਏ ਪਏ ਹੋਏ ਨੇ। ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਕੁਛ ਕਰਾ ਸਕਦੇ ਹਾਂ। ਆ ਪੱਥਰ ਪਏ ਨੇ, ਕਿਸੇ ਨੇ ਮੁੜਨਾ ਇੱਥੋਂ, ਟਰਨ ਲੈਣਾ ਕਿਸੇ ਦੀ ਕਾਰ ਦੇ। ਹੁਣ ਆਪਾਂ ਦੇਖੀਏ ਵੀ ਇੱਥੋਂ ਸਪੋਜ਼ ਕਰੋ ਪਰਲੇ ਪਾਸੇ ਰਸ਼ ਹੈ, ਇੱਥੋਂ ਕਾਰ ਟੱਪਣੀ ਹੈ, ਨੁੱਕਰ ਦੇ ਨਾਲ ਟਾਇਰ ਲੱਗਣਾ, ਇਹ ਬੁੜਕ ਕਿਸੇ ਦੇ ਪੁੜਪੜੀ 'ਚ ਵੱਜ ਸਕਦਾ, ਤਾਂ ਉਹਦਾ ਕੀ ਹਾਲ ਹੋਏਗਾ? ਜਾਂ ਇੱਥੇ ਜਿਹੜੇ ਆ ਹੁਣ ਕੋਈ ਰੇਹੜੀ ਲਾ ਕੇ ਖੜ੍ਹਾ ਆਪਣਾ ਕੰਮ ਚਲਾਉਣ ਲਈ, ਆਪਣੇ ਬੱਚਿਆਂ ਦੇ ਢਿੱਡ ਪਾਲਣ ਲਈ, ਤਾਂ ਉਹਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੋਣਾ ਵੀ ਆਹ ਹਾਲ ਹੈ। ਅਸੀਂ ਜੇ ਗੱਲ ਕਰਦੇ ਹਾਂ ਤਾਂ ਬ੍ਰਦਰ, ਆਪਾਂ ਗੱਲ ਕਰ ਰਹੇ ਸੀਗੇ ਕਿ ਇੱਥੇ ਜਿਹੜਾ ਸਫਾਈ ਦਾ ਆਲਮ ਹੈ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਇਹਦੇ ਬਾਰੇ ਨਗਰ ਨਿਗਮਾਂ ਦੀ ਹੈ ਜੀ, ਇੱਥੇ ਇੰਨਾ ਕੋਈ ਸਫਾਈ ਮਹਿਕਮਾ ਦਾ ਕਰਨ, ਇੱਥੇ ਆਪ ਹੀ ਖੁਦ ਕਰਦੇ ਹਾਂ ਸਫਾਈ ਜੀ। ਜਦੋਂ ਕਾਫੀ ਸਫਾਈ ਕੂੜਾ ਇਕੱਠਾ ਹੁੰਦਾ ਜੀ, ਡਸਟਬਿਨ 'ਚ ਪਾਈਦਾ, ਉਹ ਜੇ ਕਈ ਵਾਰੀ ਨਹੀਂ ਹੁੰਦਾ ਤਾਂ ਕਮੇਟੀ ਵਾਲਿਆਂ ਦੇ ਚਲਾਣ ਕੱਢਦੇ ਜੀ, ਲੇਕਿਨ ਇੱਥੇ ਕੋਈ ਸਫਾਈ ਮਹਿਕਮਾ ਨਹੀਂ ਆਉਂਦਾ ਸਫਾਈ ਕਰਨ। ਸਫਾਈ ਵਾਲਾ ਕੋਈ ਵੀ ਨਹੀਂ ਆਉਂਦਾ? ਨਹੀਂ ਆ ਰਹੇ। ਤੁਸੀਂ ਜਾ ਕੇ ਕਹਿੰਦੇ ਨਹੀਂ? ਕਹਿੰਦੇ ਆ ਜੀ, ਪ੍ਰਾਈਵੇਟ ਆ ਜਾਂਦੇ, ਪੈਸੇ ਵੀ ਲੈਂਦੇ ਜੀ। ਅੱਛਾ, ਪ੍ਰਾਈਵੇਟ ਬੰਦਿਆਂ ਤੋਂ ਕੰਮ ਕਰਵਾਉਂਦੇ, ਉਹ ਪੈਸੇ ਲੈਂਦੇ? ਹਾਂਜੀ ਹਾਂਜੀ। ਮੇਰੇ ਹਿਸਾਬ ਨਾਲ ਬਠਿੰਡੇ ਦੇ ਵਿੱਚ ਜਿਹੜੇ, ਸ਼ਾਇਦ ਮੈਨੂੰ ਲੱਗਦਾ, ਆਪਾਂ ਇਹ ਕਨਫਰਮ ਕਰ ਲਾਂਗੇ, 800-850 ਸਫਾਈ ਸੇਵਕ ਨੇ। ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ ਆਪਾਂ ਪਤਾ ਕਰ ਲਾਂਗੇ ਕਿ ਇੱਥੇ ਕਿੰਨੇ ਸਫਾਈ ਸੇਵਕ ਨੇ, ਅਤੇ ਇਸ ਬਠਿੰਡੇ ਦੇ ਵਿੱਚ ਕਿਤੇ ਵੀ ਹਾਲ ਜਿਹੜਾ ਉਹ ਅਸੀਂ ਦੇਖ ਰਹੇ ਹਾਂ ਵੀ ਸਫਾਈ ਦਾ ਕੋਈ ਆਲਮ ਨਹੀਂ। ਮੈਂ ਤੁਹਾਨੂੰ ਇੱਧਰ ਦਿਖਾਉਂਦਾ, ਇਹ ਉਹ ਸੜਕ ਹੈ, ਬੜੀ ਖੁੱਲ੍ਹੀ ਸੜਕ ਬਣਾਈ ਹੈ ਜੀ ਵੈਸੇ ਤਾਂ, ਪਰ ਇਸ ਖੁੱਲ੍ਹੀ ਸੜਕ ਦਾ ਜੇ ਅਸੀਂ ਹਾਲ ਦੇਖੀਏ, ਹਾਲ ਐਡਾ ਬੁਰਾ ਕਿ ਥੋੜ੍ਹੀ ਜਿਹੀ ਦੂਰ ਜੇ ਮੈਂ ਜਾਵਾਂ ਇੱਥੋਂ, ਮੈਨੂੰ ਲੱਗਦਾ ਹੈ ਕਿ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ, ਉਹ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਕਿ ਉਹ ਦਿਖਾ ਦਿਓ, ਉਹ ਗੰਦ ਦਿਖਾਓ, ਉਹ ਪਾਣੀ ਖੜ੍ਹਾ ਜਿਹੜਾ, ਉਹ ਪਾਣੀ ਖੜ੍ਹਾ ਜੀ ਉੱਥੇ। ਆਪਾਂ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਵੀ ਹਾਲ ਦੇਖੋ ਤੁਸੀਂ ਕਿੰਨਾ, ਇਹ ਸਫਾਈ ਦਾ ਆਲਮ ਹੈ ਜੀ। ਇਹ ਇੱਧਰਲੇ ਪਾਸੇ ਜੇ ਤੁਸੀਂ ਦੇਖੋ ਫੁੱਟਪਾਥ ਹੈ, ਇਹ ਇਹਦੇ 'ਤੇ ਜਿਹਦਾ ਵੀ ਸਮਾਨ ਪਿਆ ਉਹ ਆਪਾਂ ਨੂੰ ਨਹੀਂ ਪਤਾ ਕਿਹਦਾ ਸਮਾਨ ਪਿਆ, ਪਰ ਸਮਾਨ ਪਿਆ ਉਹਦਾ ਚੁਕਾਇਆ ਜਾ ਸਕਦਾ। ਇਹ ਤੁਸੀਂ ਹੁਣ ਦੇਖੋ ਇਹ ਆਲਮ, ਇਹ ਮੈਨੂੰ ਇਹ ਲੱਗਦਾ ਵੀ ਇਹ ਜਾਂ ਤਾਂ ਇਹ ਬੰਦ ਹੈ, ਇਹ ਸੀਵਰੇਜ ਬੰਦ ਪਿਆ ਜੀ। ਆ ਜਾਓ, ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਬਿਲਕੁਲ ਕਲੋਜ਼ ਕਰਕੇ ਦਿਖਾ ਦਿਓ ਵੀ ਇਸ ਸੀਵਰੇਜ ਦਾ ਹਾਲ ਕੀ ਹੈ। ਥੋੜ੍ਹਾ ਜਿਹਾ ਹੋਰ ਭਰਿਆ ਅਤੇ ਇਹਨੇ ਓਵਰਫਲੋ ਹੋ ਜਾਣਾ। ਇਹ ਹਾਲ ਹੈ ਜੀ ਇਸ ਥਾਂ ਦਾ। ਆਏ ਮੇਰੇ ਨਾਲ ਇੱਕ ਸੱਜਣ ਖੜ੍ਹੇ ਨੇ, ਆਓ ਛੋਟੇ ਵੀਰ ਆਪਾਂ ਗੱਲ ਕਰੀਏ। ਇਹ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਛੋਟੇ ਵੀਰ ਆਪਣਾ? ਮੇਰਾ ਨਾਮ ਗਾਜ਼ੀਆਬਾਦ। ਗਾਜ਼ੀਆਬਾਦ,
ਗਾਜ਼ੀਆਬਾਦ, ਗਾਜ਼ੀਆਬਾਦ ਇੱਕ ਸ਼ਹਿਰ ਦਾ ਨਾਂ ਵੀ ਹੈ ਅਤੇ ਅੱਜ ਮੈਨੂੰ ਪਹਿਲਾ ਬੰਦਾ ਮਿਲਿਆ ਦੁਨੀਆ ਦੇ ਵਿੱਚ ਜਿਹਦਾ ਨਾਮ ਗਾਜ਼ੀਆਬਾਦ। ਕੀ ਗੱਲ, ਗਾਜ਼ੀਆਬਾਦ 'ਚ ਪੈਦਾ ਹੋਇਆ ਸੀ? ਨਹੀਂ, ਡੇਢ ਮਹੀਨਾ ਕੰਮ ਕਰਾ ਵਾਂ ਪੇ। ਅੱਛਾ, ਉਦੋਂ ਬਾਅਦ ਆਪਣਾ ਨਾਂ ਹੀ ਸਟਾਰਟਿੰਗ ਹੋ ਗਿਆ, ਨਾਮ 'ਚ ਚਾਲੂ ਹੋ ਗਿਆ ਮੇਰਾ ਨਾਮ। ਅੱਛਾ, ਤੇਰੇ ਨਾਂ ਤੋਂ ਗਾਜ਼ੀਆਬਾਦ ਦਾ ਸ਼ਹਿਰ ਨਾਂ ਰੱਖਿਆ ਗਿਆ? ਨਹੀਂ, ਵਾਹ, ਮੇਰਾ ਨਾਮ ਵੀ ਚਾਲੂ ਹੋ ਗਿਆ ਗਾਜ਼ੀਆਬਾਦ 'ਚ। ਅੱਛਾ, ਇਹ ਹੁਣ ਆਹ ਜਿਹੜੇ ਸੀਵਰੇਜ 'ਤੇ ਆਪਾਂ ਖੜੇ ਹਾਂ, ਕੰਮ ਕੀ ਕਰਦਾ ਵੈਸੇ ਤੂੰ? ਕੰਮ ਸਰਵਿਸ ਦਾ ਕਰਦੇ ਜੀ। ਕਿੱਥੇ? ਇੱਥੇ ਵੇਟਰ ਪੁਣੇ ਦਾ ਅੱਗੇ। ਅੱਛਾ, ਅਤੇ ਆਹ ਹੁਣ ਆਹ ਸੀਵਰੇਜ ਭਰਿਆ ਪਿਆ, ਇਹਦੇ ਬਾਰੇ ਕੀ ਕਹੇਗਾ ਤੂੰ? ਇਹ ਭਾਂਡਿਆਂ ਨੂੰ ਹੋਣੀ ਚਾਹੀਦੀ ਹੈ ਜੀ, ਕੈਸੇ ਕੈਸੇ ਨਹੀਂ ਕਰਨਾ ਜੀ। ਕਿਵੇਂ? ਇਹ ਭਾਂਡਿਆਂ ਨੂੰ ਹੋਣੀ ਚਾਹੀਦੀ, ਸਫਾਈ ਕਰੀਏ ਜੀ। ਸਫਾਈ ਚਾਹੀਦੀ ਹੈ? ਇਹ ਓਵਰਫਲੋ ਵੀ ਹੋ ਜਾਂਦਾ ਕਦੀ, ਬਾਹਰ ਵੀ ਨਿਕਲਣਾ ਸ਼ੁਰੂ ਹੋ ਜਾਂਦਾ? ਨਹੀਂ, ਕਦੇ ਕਿਤਾ ਹੀ ਨਿਕਲਦਾ, ਕਦੇ ਨਹੀਂ ਨਿਕਲਦਾ। ਤੁਹਾਡਾ ਕੀ ਕਹਿਣਾ ਸਰ ਬਾਬੂ ਜੀ ਇਹਦੇ ਬਾਰੇ? ਇਹਨਾਂ ਦਾ ਜੀ ਬਹੁਤ ਖੜਦਾ ਜੀ, ਉੱਥੇ ਵੇਖਣਾ ਭਰਿਆ ਹੁੰਦਾ ਸੀਵਰੇ ਪੂਰਾ, ਕਿਉਂਕਿ ਇਹ ਕਰਾਉਂਦੇ ਤਾਂ ਹੈ ਨਹੀਂ, ਖਾਲੀ ਟੈਂਕੀ ਭਰ ਜਾਂਦੀਆਂ ਪੂਰੀਆਂ। ਅੱਛਾ, ਸੀਵਰੇ ਨਾਲ ਉੱਥੇ ਭਰਿਆ ਹੁੰਦਾ, ਲੰਘਣ ਨੂੰ ਮੁਸ਼ਕਲ ਹੋ ਜਾਂਦਾ ਜੀ ਇਹਨਾਂ ਦਾ। ਕਿੱਧਰੋਂ ਆਉਂਦਾ ਪਾਣੀ? ਇਹ ਸੀਵਰੇਜ ਚੌਕ ਹੋ ਜਾਂਦਾ, ਮਤਲਬ ਕਿ ਸਫਾਈ ਨਹੀਂ ਪੂਰੀ, ਇੱਥੋਂ ਨਿਕਲਦਾ ਕਾਇਮ, ਜਦ ਕਚਰਾ ਕੁਚਰਾ ਖਾਂਦੇ ਪੀਂਦੇ ਸੁੱਟਦੇ ਕਾਗਜ਼ ਹੁੰਦੇ ਇਹਨਾਂ ਦੇ, ਉਹਦੇ ਕਰਕੇ ਹੋ ਜਾਂਦਾ ਜੀ। ਅੱਛਾ, ਹਾਂਜੀ, ਮਤਲਬ ਇਹ ਇਹਦੇ 'ਚ ਗਲਤੀ ਕਿਹਦੀ ਮੰਨੀ ਆਪਾਂ? ਮਤਲਬ ਸੀਵਰੇਜ ਆਪਾਂ ਗਿਣੀਏ ਤਾਂ ਆਉਂਦੇ ਨਹੀਂ, ਕਮੇਟੀ ਤਾਂ ਕੋਈ ਆਉਂਦਾ ਹੀ ਨਹੀਂ ਇੱਥੇ ਜੀ, ਬੁਲਾਉਣੇ ਪੈਂਦੇ ਉਹਨਾਂ ਨੂੰ ਕਰਕੇ, ਮਿਹਨਤਾਂ ਫਿਰ ਆਉਂਦੇ ਹੀ ਉਹ। ਦੇਖੋ, ਇੱਥੇ ਕਮੇਟੀ ਦਾ ਕੋਈ ਬੰਦਾ ਨਹੀਂ ਆਉਂਦਾ, ਇੱਥੋਂ ਜਿਹੜਾ ਅਸੀਂ ਇਹ ਕਹਿ ਰਹੇ ਵੀ ਸੀਵਰੇਜ ਓਵਰਫਲੋ ਹੋ ਜਾਂਦਾ, ਉੱਥੇ ਜਿਹੜਾ ਜਾਣਾ ਬੜਾ ਖੜ੍ਹਨਾ ਮੁਸ਼ਕਲ ਹੋ ਜਾਂਦਾ ਕਿਉਂਕਿ ਚਲੋ ਮੈਂ ਤਾਂ ਉਹੀ ਕਿਹਾ ਵੀ ਮੈਨੂੰ ਤਾਂ ਥੋੜ੍ਹੀ ਥੋੜ੍ਹੀ ਆਦਤ ਪੈ ਗਈ ਕਿ ਯਾਰ ਗੰਦ ਦੇ ਵਿੱਚ। ਇੱਕ ਦਿਨ ਮੈਨੂੰ ਮੇਰੇ ਕੈਮਰਾਮੈਨ ਸਾਹਿਬ ਕਹਿੰਦੇ ਵੀ ਭਾਅ ਜੀ ਯਾਰ ਹੁਣ ਆਪਾਂ ਇਹ ਪ੍ਰੋਗਰਾਮ ਬੰਦ ਨਾ ਕਰ ਦਈਏ। ਮੈਂ ਕਿਹਾ ਕਿਉਂ? ਕਹਿੰਦੇ ਯਾਰ ਆਪਾਂ ਬਿਮਾਰ ਹੋ ਜਾਣਾ ਕਿਉਂਕਿ ਆਪਾਂ ਗੰਦ 'ਚ ਬੜੇ ਫਿਰਦੇ ਰਹਿੰਦੇ ਹਾਂ, ਆਪਾਂ ਜਿੱਥੇ ਜ਼ਿਆਦਾ ਗੰਦ ਹੁੰਦਾ ਉਹ ਦਿਖਾਉਂਦੇ ਹਾਂ ਅਤੇ ਆਪਾਂ ਬਿਮਾਰ ਹੋ ਜਾਵਾਂਗੇ। ਨੋ ਡਾਊਟ ਥੋੜ੍ਹਾ ਬਹੁਤਾ ਬਿਮਾਰ ਵੀ ਹੋ ਜਾਈਦਾ, ਐਲਰਜੀ ਹੋ ਜਾਂਦੀ ਹੈ। ਜੇ ਮੈਂ ਕਹਾਂ ਤਾਂ ਹੁਣ ਵੀ ਮੈਂ ਇਸ ਏਰੀਆ ਨੂੰ ਦਿਖਾਉਣ ਵਾਸਤੇ ਵੀ ਕੋਈ ਝੂਠ ਨਹੀਂ, ਤੁਹਾਨੂੰ ਮੈਂ ਸ਼ਾਇਦ ਦਿਖਾ ਦਿਆਂ, ਮੇਰੀ ਜੇਬ 'ਚ ਮੈਂ ਦਵਾਈ ਲੈ ਕੇ ਆਇਆ ਕਿਉਂਕਿ ਐਲਰਜੀ ਹੋ ਗਈ ਹੈ ਨਾ। ਇਹ ਠਹਿਰ ਜਾਓ, ਇੱਕ ਮਿੰਟ, ਜੇਬ 'ਚ ਹੀ ਹੈ ਮੇਰੀ 'ਚ, ਮੈਂ ਤੁਹਾਨੂੰ ਦਿਖਾ ਦਿਆਂ। ਇਹ ਮੈਂ ਦਵਾਈ ਲੈ ਕੇ ਆਇਆ ਜੀ ਐਲਰਜੀ ਦੀ, ਕਿਉਂਕਿ ਇਹਨਾਂ ਚੀਜ਼ਾਂ ਤੋਂ ਐਲਰਜੀ ਹੋ ਜਾਂਦੀ ਹੈ। ਪਰ ਜਦੋਂ ਦੇਖੋ ਕੰਮ ਹੈ, ਇੱਕ ਬੀੜਾ ਚੁੱਕਿਆ ਤਾਂ ਉਹ ਮੈਨੂੰ ਐਂ ਵੀ ਜੇ ਸਾਡੇ ਸ਼ਹਿਰ ਦੀ ਨੁਹਾਰ ਬਦਲ ਜਾਵੇ ਤਾਂ ਇਹ ਬਿਮਾਰੀਆਂ ਵੀ ਜਿਹੜੀਆਂ ਨੇ ਠੀਕ ਹੋ ਜਾਂਦੀਆਂ ਨੇ। ਇਹ ਇਹ ਤੁਸੀਂ ਆਹ ਦੇਖੋ, ਗੰਦਗੀ ਦਾ ਆਲਮ ਦੇਖੋ ਕੀ ਹਾਲ ਹੈ। ਇਹ ਹਾਲ ਹੈ ਜੀ, ਹੁਣ ਆਹ ਜ਼ਿਆਦਾ ਦੂਰ ਨਹੀਂ ਜਾਂਦੇ ਆਪਾਂ, ਆਹ ਦੇਖ ਰਿਹਾ ਸੀਵਰੇਜ ਦੇਖੋ ਤੁਸੀਂ, ਇਹ ਕੀ ਹਾਲ ਹੈ ਇਸ ਸੀਵਰੇਜ ਦਾ। ਜਦੋਂ ਕਿਸੇ ਨੇ ਸਾਫ਼ ਕਰਨ ਨਹੀਂ ਆਉਣਾ ਅਤੇ ਉਦੋਂ ਇਹ ਹਾਲ ਹੋਣਾ, ਜਦੋਂ ਇਹਦੇ 'ਚੋਂ ਪਾਣੀ ਬਾਹਰ ਨੂੰ ਆ ਜਾਣਾ, ਇੱਥੇ ਜਿਹੜਾ ਆ ਇੱਥੇ ਖੜ੍ਹਾ ਹੋ ਜਾਣਾ। ਆ ਇੱਥੇ ਉਹ ਲੋਕ ਨੇ ਜਿਨ੍ਹਾਂ ਨੇ ਇਹਦੇ ਗੰਦ ਦੇ ਵਿੱਚ ਫਿਲਹਾਲ ਘਰ ਤਾਂ ਆਪਣੇ ਵੱਲੋਂ ਉਹਨਾਂ ਨੇ ਪੈਸੇ ਲਾ ਕੇ ਸੋਹਣੀ ਜਗ੍ਹਾ 'ਤੇ ਬਣਾ ਲਏ, ਪਰ ਹੁਣ ਉਹਨਾਂ ਦਾ ਹਾਲ ਤੁਸੀਂ ਦੇਖੋ, ਖੜ੍ਹੇ ਨੇ ਉਹ ਇਹ ਦੇਖ ਰਹੇ ਨੇ ਵੀ ਹੋ ਕੀ ਰਿਹਾ। ਸਰਦਾਰ ਜੀ, ਇਹ ਜਿੰਨਾ ਇੱਥੇ ਆ ਤੁਸੀਂ ਦੇਖ ਰਹੇ ਹੋ, ਮੈਂ ਤਾਂ ਅੱਜ ਪਹਿਲੀ ਵਾਰੀ ਦੇਖਿਆ, ਆਹ ਤੁਹਾਡੇ ਸਾਹਮਣੇ ਇੱਥੇ ਵੀ ਗੰਦ ਪਿਆ, ਪਾਣੀ ਬਹੁਤ ਗੰਦਾ ਖੜ੍ਹਾ, ਆਹ ਸੀਵਰੇਜ ਆ ਜਿਹੜਾ ਇਹ ਓਵਰਫਲੋ ਹੋਣ ਤੱਕ ਆਇਆ। ਆ ਜਾਓ ਆਪਾਂ ਇੱਕ ਵਾਰੀ ਗੱਲ ਕਰੀਏ, ਦੱਸੀਏ। ਅੱਜ ਦੀ ਨਹੀਂ ਹੈ ਪ੍ਰੋਬਲਮ ਇਹ, ਜਿਹੜਾ ਸਾਲਾਂ ਤੋਂ ਇਸ ਤਰ੍ਹਾਂ ਹੀ ਚੱਲੀ ਜਾਂਦਾ, ਕੋਈ ਸਾਡੇ ਕੈਮਰਾਮੈਨ ਸਾਹਿਬ ਇਹ ਵੀ ਦਿਖਾ ਦੇਣਗੇ ਨਾ, ਕੋਈ ਐਡਮਿਨਿਸਟ੍ਰੇਸ਼ਨ ਵਾਲਾ ਸੁਣਨ ਨੂੰ ਤਿਆਰ ਨਹੀਂ। ਤੁਸੀਂ ਗਏ ਹੋ ਕਦੀ ਐਡਮਿਨਿਸਟ੍ਰੇਸ਼ਨ ਕੋਲ? ਹਾਂਜੀ, ਐਪਲੀਕੇਸ਼ਨ ਦਿੱਤੀ ਹੋਈ ਹੈ ਸਭ ਨੂੰ, ਦਿੱਤੀਆਂ ਹੋਈਆਂ ਐਸੀ ਨੂੰ ਐਪਲੀਕੇਸ਼ਨ ਦਿੱਤੀ ਟਰੱਸਟ ਨੂੰ ਦਿੱਤੀ ਹੈ, ਇੰਪਰੂਵਮੈਂਟ ਟਰੱਸਟ ਨੂੰ। ਹਾਂਜੀ, ਅੱਛਾ, ਇੰਪਰੂਵਮੈਂਟ ਟਰੱਸਟ ਨੂੰ ਤੁਸੀਂ ਕਦੋਂ ਕਿੰਨੀਆਂ ਕੁ ਐਪਲੀਕੇਸ਼ਨ ਦੇ ਚੁੱਕੇ ਹੋ? ਇੰਪਰੂਵਮੈਂਟ ਟਰੱਸਟ ਨੂੰ 5-6 ਵਾਰੀ ਹੋ ਚੁੱਕਿਆ ਜੀ। ਕੀ ਕਹਿੰਦੇ ਨੇ ਅੱਗੋਂ? ਬਸ ਵੀ ਹੋ ਜੂਗਾ, ਜਲਦੀ ਕਰਵਾ ਦਾਂਗੇ। ਇਹ ਮਤਲਬ ਉਹਨਾਂ ਨੂੰ ਇਹ ਨਹੀਂ ਪੁੱਛਿਆ ਤੁਸੀਂ ਵੀ ਕਿੰਨੀ ਕੁ ਜਲਦੀ? ਜਲਦੀ ਤਾਂ ਤੈਅ ਹੋ ਜਾਂਦਾ ਜੀ ਵੀ ਨੈਕਸਟ ਵੀਕ ਹੋ ਜੂਗਾ, ਕੁਛ ਜਿਹੜੇ ਕੁਝ ਹੋਏ ਸਾਡੇ ਐਫਰਟਸ ਉਹ ਸਾਡੇ ਵੱਲੋਂ ਜੁਆਇੰਟ ਹੀ ਹੋਏ। ਉਹ ਕਿਸ ਤਰ੍ਹਾਂ? ਮਾਰਕੀਟ ਵੱਲੋਂ ਕੋਈ ਸਫਾਈ ਦਾ ਪ੍ਰਬੰਧ, ਜਾਂ ਇੱਥੇ ਇਹਨੂੰ ਲੋਕ ਕਰਵਾਉਂਦੇ ਸੀ ਉਹ ਤੁਹਾਨੂੰ ਦਿਖਾਉਂਦੇ ਜਗ੍ਹਾ ਵੀ ਜਿਹੜੇ ਉਹਨੂੰ ਵੀ ਉਹਦੇ ਕਿੰਨੀ ਕੁ ਪ੍ਰੋਬਲਮ ਹੈਗੀ ਆ ਉੱਥੇ। ਬਿਲਕੁਲ, ਤੁਸੀਂ ਇਹ ਦੇਖੋ ਵੀ ਆਹ ਗੰਦਾ ਪਾਣੀ ਹੈ ਜੀ ਖੜ੍ਹਾ। ਅੱਛਾ, ਇਹ ਗੰਦਾ ਪਾਣੀ ਬਾਬੂ ਜੀ ਕਿੰਨੀ ਕੁ ਦੇਰ ਤੋਂ ਖੜ੍ਹਾ? ਇਹ ਤਾਂ ਰੈਗੂਲਰ ਹੀ ਹੈ ਜੀ, ਖੜ੍ਹੇ ਰਹਿੰਦਾ ਇੱਥੇ। ਜੇ ਉਹ ਕਰਵਾਉਂਦੇ ਵੀ ਹੈ ਤਾਂ ਤੁਸੀਂ ਸਮਝ ਲਓ ਵੀ 5-4 ਦਿਨ ਬਾਅਦ ਇਹਦੇ ਨਾਲ ਵੀ ਕਿ ਫੇਰ ਬਲੌਕ ਹੋ ਜਾਂਦਾ। ਮਤਲਬ ਸੀਵਰੇਜ ਨੂੰ ਕਲੀਅਰ ਨਹੀਂ ਕਰਦੇ, ਇਹਨੂੰ ਇੱਥੋਂ ਇੰਨਾ ਕੁ ਸਾਫ਼ ਕਰਾ ਦਿੰਦੇ? ਨਹੀਂ ਨਹੀਂ, ਸੀਵਰੇਜ ਹੁੰਦਾ ਜੀ, ਸੀਵਰੇਜ ਹੁੰਦਾ, ਪਰ ਉਹ ਅਗੇਨ ਬਲੌਕ ਹੋ ਜਾਂਦਾ। ਕੋਈ ਮਤਲਬ ਕੋਈ ਟੈਕਨੀਕਲ ਪ੍ਰੋਬਲਮ ਹੈਗੀ? ਦੇਖੋ, ਸੀਵਰੇਜ ਜੇ ਸਾਫ਼ ਹੁੰਦਾ ਤਾਂ ਉਹ ਦੁਬਾਰਾ ਫੇਰ ਭਰ ਜਾਂਦਾ ਹੈ। ਇਹ
ਪਾਣੀ ਜਿਹੜਾ ਤੁਸੀਂ ਇਹ ਦੇਖੋ, ਵਾਕਈ ਇਹਨਾਂ ਦੀ ਗੱਲ ਸਹੀ ਹੈ, ਪਾਣੀ ਹਰਾ ਹੋ ਚੁੱਕਿਆ ਅਤੇ ਹਰਾ ਉਦੋਂ ਹੁੰਦਾ ਜਦੋਂ ਬਹੁਤ ਦੇਰ ਪਾਣੀ ਖੜ੍ਹਾ ਰਹੇ। ਹੁਣ ਇਹ ਉਹ ਪਾਣੀ ਹੈ, ਉਹ ਅਸੀਂ ਕਹਿਣ ਨੂੰ ਅਸੀਂ ਕਹਿੰਦੇ ਹਾਂ ਵੀ ਹਾਂਜੀ ਠੀਕ ਹੈ ਜੀ, ਘਰਾਂ ਦੇ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ, ਕੂਲਰਾਂ 'ਚੋਂ ਪਾਣੀ ਕੱਢ ਲਓ ਜੀ, ਕਿਸੇ ਭਾਂਡੇ ਦੇ ਵਿੱਚ ਪਾਣੀ ਨਾ ਖੜ੍ਹਾ ਹੋਵੇ ਜਿਹਦੇ ਨਾਲ ਡੇਂਗੂ ਹੋ ਸਕਦਾ। ਇਹ ਸਾਡੇ ਮਹਿਕਮੇ ਵੀ ਜਿਹੜਾ ਆ ਐਡਵਰਟੀਜ਼ ਕਰਦੇ ਨੇ, ਐਡਵਰਟੀਜ਼ਮੈਂਟ ਕਰਦੇ ਨੇ ਕਿ ਇੱਦਾਂ ਨਾ ਕਰੋ ਯਾਰ, ਹੈ ਨਾ, ਤਾਕੀਦ ਕਰਦੇ ਨੇ ਲੋਕਾਂ ਨੂੰ। ਪਰ ਜੇ ਮਹਿਕਮੇ ਦੀ ਗੱਲ ਕਰਾਂ ਤਾਂ ਮਹਿਕਮੇ ਵੀ ਦੇਖ ਲੈਣ ਕਿ ਇਹ ਪਾਣੀ ਤੁਹਾਡੇ ਸ਼ਹਿਰ ਦੇ ਵਿੱਚ ਖੜ੍ਹਾ, ਅਤੇ ਇਹਦੇ 'ਤੇ ਮੱਛਰ ਆਉਣਗੇ ਜੀ, ਮੱਛਰਾਂ ਦੇ ਨਾਲ ਡੇਂਗੂ ਹੋਣਾ, ਅਤੇ ਕਿੱਡਾ ਬੁਰਾ ਹਾਲ ਹੈ ਕਿ ਅਸੀਂ ਪਹਿਲਾਂ ਆਪ ਤਾਂ ਕਰ ਲਈਏ ਯਾਰ, ਅਸੀਂ ਆਪ ਕਰ ਲਈਏ, ਅਸੀਂ ਦੱਸੀਏ, ਜਦੋਂ ਅਸੀਂ ਕਿਸੇ ਤੋਂ ਕੰਮ ਕਰਵਾਉਣਾ ਹੁੰਦਾ ਤਾਂ ਪਹਿਲਾਂ ਆਪ ਕਰਦੇ ਹਾਂ, ਜਦੋਂ ਤੱਕ ਅਸੀਂ ਆਪ ਨਹੀਂ ਕਰ ਸਕਦੇ ਅਸੀਂ ਦੂਸਰਿਆਂ ਨੂੰ ਕੀ ਕਹਾਂਗੇ ਵੀ ਭਾਈ ਸਾਹਿਬ ਤੁਸੀਂ ਕਰੋ। ਅਗਲਾ ਕੋਈ ਯਾਰ ਮਹਾਰਾਜ ਤੁਹਾਡਾ ਡਿਪਾਰਟਮੈਂਟ ਤਾਂ ਕੁਛ ਕਰਦਾ ਨਹੀਂ, ਤੁਸੀਂ ਸਾਨੂੰ ਸਲਾਹਾਂ ਦਿੰਦੇ ਹੋ। ਤਾਂ ਡਿਪਾਰਟਮੈਂਟਸ ਨੂੰ ਚਾਹੀਦਾ ਹੈ ਵੀ ਯਾਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਆਹ ਹੁਣ ਤੁਸੀਂ ਦੇਖੋ ਕਿੱਡਾ ਜ਼ਿਆਦਾ ਬੁਰਾ ਹਾਲ ਹੈ ਇਹ ਜੀ। ਇਹ ਏਰੀਆ ਜਿਹੜਾ ਮੈਂ ਤੁਹਾਨੂੰ ਦੱਸ ਦਿਆਂ, ਇਹ ਹੈ ਜੀ ਮਿੱਤਲ ਮੌਲ ਦੇ ਜਸਟ ਬੈਕ, ਇਹ ਗਲੀ ਹੈ ਜੀ ਇੱਕ। ਇਹ ਦੂਰ ਤੱਕ ਕਿੱਡੀ ਸੋਹਣੀ ਸੜਕ ਬਣੀ ਹੈ ਪਰ ਗੋਈ ਗੱਲ ਹੀ ਪਈ ਹੈ ਇਹਨਾਂ ਚੀਜ਼ਾਂ ਨੇ। ਨਹੀਂ ਤਾਂ ਜਦੋਂ ਜਿਨ੍ਹਾਂ ਨੇ ਲਿਆ ਹੋਣੀ ਆ ਇਹ ਜਗ੍ਹਾ ਵੀ ਹਾਂ ਯਾਰ ਚਲੋ ਪਰਲੇ ਪਾਸੇ ਮੇਨ ਰੋਡ ਆ, ਇੱਧਰਲੇ ਪਾਸੇ ਮਿੱਤਲ ਮੌਲ ਹੈ, ਤਾਂ ਪੈਸਾ ਨੋ ਡਾਊਟ ਇਹੋ ਜਿਹੀਆਂ ਚੀਜ਼ਾਂ 'ਤੇ ਜ਼ਿਆਦਾ ਲੱਗਦਾ। ਅਤੇ ਜਦੋਂ ਬੰਦਾ ਪੈਸਾ ਲਾ ਦਿੰਦਾ ਇਹੋ ਜਿਹੀਆਂ ਚੀਜ਼ਾਂ 'ਤੇ, ਤਾਂ ਉਦੋਂ ਬਾਅਦ ਇਹੋ ਜਿਹੀਆਂ ਚੀਜ਼ਾਂ ਘਰਾਂ ਦੇ ਸਾਹਮਣੇ ਹੋਣ ਤਾਂ ਕੀ ਸੋਚਦਾ ਬੰਦਾ, ਉਸ ਗੱਲ ਨੂੰ ਵੀ ਛੱਡ ਦਿਓ। ਪਰ ਇੱਥੇ ਹਾਲ ਦੇਖੋ ਤੁਸੀਂ, ਬਿਮਾਰੀਆਂ ਨੂੰ ਅਸੀਂ ਸੱਦਾ ਦੇ ਰਹੇ ਹਾਂ ਭਾਅ ਜੀ, ਕਿਉਂਕਿ ਬਿਮਾਰੀਆਂ ਆਉਣੀਆਂ ਨੇ, ਕਿਉਂਕਿ ਇੱਥੇ ਪਾਣੀ ਖੜ੍ਹਾ ਹੋ ਗਿਆ, ਗੰਦ ਹੈ। ਹੁਣ ਤੁਸੀਂ ਆਹ ਦੇਖੋ ਲਓ, ਆਹ ਹੁਣ ਆਹ ਸੀਵਰੇਜ, ਆਹ ਵੀ ਬਲੋਕ ਹੈ, ਇਹ ਹਾਲ ਹੈ, ਇਹ ਹਾਲ ਹੈ ਜੀ ਮੇਰੇ ਸ਼ਹਿਰ ਦਾ। ਮੇਰੇ ਸ਼ਹਿਰ ਦੇ ਵਿੱਚ ਐਡਾ ਬੁਰਾ ਹਾਲ ਹੈ ਕਿ ਤੁਹਾਨੂੰ ਮੈਂ ਦਿਖਾਉਂਦਾ ਆ ਰਿਹਾ ਕਿ ਮੇਰੇ ਸ਼ਹਿਰ ਦਾ ਕੀ ਹਾਲ ਹੈ। ਕਿਤੇ ਵੀ ਮੈਨੂੰ ਸਫਾਈ ਨਜ਼ਰ ਨਹੀਂ ਆਉਂਦੀ। ਇਹ ਜਗ੍ਹਾ ਹੈ ਜੀ ਜਿਹਨੂੰ ਅਸੀਂ ਗੱਲ ਕਰੀਏ ਕਿ ਸਰਕਾਰੀ ਜਗ੍ਹਾ, ਇਹ ਮੇਰਾ ਖਿਆਲ ਬਾਊ ਜੀ ਤੁਸੀਂ ਦੱਸ ਰਹੇ ਸੀ, ਆ ਜਾਓ ਇੱਕ ਵਾਰੀ ਆਪਾਂ ਗੱਲ ਕਰੀਏ ਕਿ ਇੱਕ ਇੱਥੇ ਬਹੁਤ ਜ਼ਿਆਦਾ ਡੰਪ ਹੈ, ਇਹ ਡੰਪ ਹੈ, ਇਹ ਬਣਿਆ ਹੋਇਆ ਪਿੱਛੇ ਜਿਹੜਾ ਇੰਪਰੂਵਮੈਂਟ ਟਰੱਸਟ ਦੀ ਜਗ੍ਹਾ, ਇਹਦੇ 'ਚ ਬਹੁਤ ਜ਼ਿਆਦਾ ਬੁਰਾ ਹਾਲ ਹੈ। ਅਤੇ ਤੁਸੀਂ ਹੋਰ ਸਾਨੂੰ ਥੋੜ੍ਹਾ ਇਸ ਏਰੀਆ ਬਾਰੇ ਦੱਸੋ, ਕਿਉਂਕਿ ਤੁਸੀਂ ਇਸ ਏਰੀਏ ਦੇ ਵਸਨੀਕ ਹੋ, ਤੁਸੀਂ ਇਹ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ, ਤੁਸੀਂ ਇਹ ਜਿਹੜੀ ਬੋ ਮੈਂ ਥੋੜ੍ਹੀ ਦੇਰ ਲਈ ਸੁੰਘ ਰਿਹਾ ਅਤੇ ਤੁਹਾਨੂੰ ਕਾਫੀ ਦੇਰ ਹੋ ਗਈ ਇਹਨਾਂ ਨੂੰ ਸੁੰਘਦਿਆਂ ਨੂੰ ਅਤੇ ਦੇਖਦਿਆਂ ਨੂੰ। ਆਹ ਕੰਟੀਨਿਊਸ ਪ੍ਰੋਸੈਸ ਹੀ ਹੈ ਜੀ। ਹਾਂ, ਅਤੇ ਇਹ ਕਦੋਂ ਤੋਂ, ਇਹ ਕਿੰਨਾ ਕੁ ਅੰਦਰ ਏਰੀਆ, ਕਿੰਨਾ ਕੁ ਅਤੇ ਕੀ ਕੁਛ ਹੈ? ਇਹ ਲਗਭਗ 5000 ਗਾਈ ਦੀ ਜਗ੍ਹਾ ਕਰੀਬ ਹੈਗੀ ਹੈ ਜੀ, ਕਿੱਲੇ ਤੋਂ ਉੱਤੇ ਹੈ। ਹਾਂਜੀ, ਅਤੇ ਸਾਰਾ ਤੁਸੀਂ ਇਹ ਸਮਝ ਲਓ ਵੀ ਉਹ ਜਿੱਦਾਂ, ਇੱਕ ਤਾਂ ਤੁਸੀਂ ਮੇਰੇ ਖਿਆਲ ਪਿਛਲੀ ਜਿਹੜੀ ਕਵਰੇਜ ਕੀਤੀ ਹੋ, ਇੱਕ ਤਾਂ ਪ੍ਰੂਫਡ ਹੈ ਡੰਪਿੰਗ ਪੁਆਇੰਟ ਜੀ ਜੀ ਜੀ, ਇਹ ਸੈਲਫ ਕ੍ਰੀਏਟਡ ਹੈ। ਅੱਛਾ, ਆਪ ਬਣਾਈ ਹੋਈ ਲੋਕਾਂ ਦੀ? ਪਰ ਦੇਖੋ ਇਹ ਸਰਕਾਰੀ ਜਗ੍ਹਾ, ਸਰਕਾਰੀ ਜਗ੍ਹਾ ਦੇ ਉੱਤੇ ਕਿਸੇ ਬੰਦੇ ਦਾ ਕੋਈ ਦਖਲ ਅੰਦਾਜ਼ੀ ਕਰਨਾ ਨਹੀਂ ਚਾਹੀਦਾ ਹੁੰਦਾ, ਪਰ ਇੱਥੇ ਲੋਕ ਕੂੜਾ ਸੁੱਟ ਰਹੇ। ਉਹ ਧੱਕਾ ਜੀ, ਫਿਰ ਹੋਈ ਜਾਂਦਾ ਧੱਕਾ। ਮੈਂ ਇੱਕ ਵਾਰੀ ਦਿਖਾ ਦਿਆਂ ਥੋੜ੍ਹਾ ਜਿਹਾ ਵੀ ਇਹ ਜਿਹੜਾ ਧੱਕਾ ਹੋ ਰਿਹਾ, ਕਿਉਂਕਿ ਕੈਮਰਾਮੈਨ ਸਾਹਿਬ ਨੂੰ ਕਹੂੰਗਾ, ਉਹਦਾ ਤਾਂ ਜੀ ਨਹੀਂ ਕਰਦਾ ਕੂੜੇ 'ਚ ਆਉਣ ਨੂੰ, ਪਰ ਹੁਣ ਮੈਂ ਕੀ ਕਰਾਂ, ਮੇਰੀ ਮਜਬੂਰੀ ਹੈ, ਮੈਨੂੰ ਇਹ ਸਾਰਾ ਦਿਖਾਉਣਾ ਪੈਣਾ, ਕਿਉਂਕਿ ਉਹਦੇ ਪਿੱਛੇ ਰੀਜ਼ਨ ਹੈ। ਇਹ ਉਹ ਖਾਲੀ ਥਾਵਾਂ ਪਈਆਂ ਨੇ ਜਿੱਥੇ ਲੋਕ ਕੂੜਾ ਸੁੱਟ ਰਹੇ ਨੇ, ਡਿਪਾਰਟਮੈਂਟਸ ਜਿਹੜੇ ਨੇ ਉਹ ਧਿਆਨ ਨਹੀਂ ਦੇ ਰਹੇ। ਇਹਨਾਂ ਦੇ ਕਹਿਣ ਮੁਤਾਬਕ ਇੱਥੇ ਸ਼ਾਮ ਨੂੰ ਨਸ਼ਾ ਕਰਨ ਵਾਲੇ ਲੋਕ ਵੀ ਜਿਹੜੇ ਨੇ ਉਹ ਵੀ ਇੱਥੇ ਆ ਜਾਂਦੇ ਨੇ, ਅਤੇ ਅਸੀਂ ਦੇਖ ਰਹੇ ਹਾਂ ਕੱਲ੍ਹ ਨੂੰ। ਬਿਲਕੁਲ ਦੇਖੋ ਪਰਲੇ ਪਾਸੇ ਬਿਲਕੁਲ ਸਾਂਝੀ ਕੰਧ ਹੈ ਮੇਰਾ ਖਿਆਲ ਮਿੱਤਲ ਮੌਲ ਦੀ, ਜੇ ਇਹਦੇ ਦੂਜੇ ਪਾਸੇ ਅਸੀਂ ਜਾ ਕੇ ਦੇਖਦੇ ਹਾਂ ਤਾਂ ਅਸੀਂ ਕਹਿੰਦੇ ਯਾਰ ਵੀ ਕਿਆ ਬਾਤ ਹੈ, ਬਹੁਤ ਸੋਹਣੀ ਚੀਜ਼ ਹੈ। ਅਤੇ ਬਿਲਕੁਲ ਇੱਕ ਸਾਂਝੀ ਕੰਧ ਹੋਵੇ ਅਤੇ ਇੰਨਾ ਗੰਦ ਹੋਵੇ, ਇਹ ਤਾਂ ਹੁਣ ਕੀ ਕਹੀਏ ਵੀ ਐਡਾ ਬੁਰਾ ਹਾਲ ਹੈ। ਤੁਸੀਂ ਇਹ ਦੇਖੋ, ਹਾਲੇ ਅੱਗੇ ਬਹੁਤ ਕੁਛ ਹੈ ਪਰ ਅੱਗੇ ਜਾਣ ਦੀ ਹਿੰਮਤ ਹੈ ਨਹੀਂ, ਆਪਾਂ ਬਾਹਰ ਹੀ ਚੱਲਦੇ ਹਾਂ, ਕਿਉਂਕਿ ਕਿੰਨਾ ਕੁ ਹੋਰ ਅਸੀਂ ਤੁਹਾਨੂੰ, ਸਾਡਾ ਮਕਸਦ ਤੁਹਾਨੂੰ ਗੰਦ ਦਿਖਾਉਣਾ ਨਹੀਂ, ਸਾਡਾ ਮਕਸਦ ਇਹ ਹੈ ਤੁਹਾਨੂੰ ਇਹ ਦੱਸਣਾ ਵੀ
ਸਫਾਈ ਕਿੱਥੇ ਹੈ? ਸਫਾਈ ਕਿਤੇ ਨਹੀਂ। ਹੁਣ ਡਿਪਾਰਟਮੈਂਟਸ ਨੂੰ ਚਾਹੀਦਾ ਹੈ ਕਿ ਇਹਨਾਂ ਗੱਲਾਂ ਦਾ ਧਿਆਨ ਰੱਖਣ। ਤੁਸੀਂ ਇਹ ਦੇਖੋ ਬਾਬੂ ਜੀ, ਤੁਸੀਂ ਕੁਛ ਚੱਕੀ ਫਿਰਦੇ ਹੋ, ਪਰਚੀਆਂ ਇਹ ਕਾਹਦੀਆਂ ਨੇ? ਸਰ ਸਾਨੂੰ ਡੇਂਗੂ ਹੋ ਗਿਆ ਸੀ, ਸਾਡਾ ਕੈਮਰਾ ਉੱਧਰ ਹੈ ਜੀ, ਸਾਡੇ ਗੇਟ ਦੇ ਸਾਹਮਣੇ, ਪਹਿਲਾਂ ਤੁਸੀਂ ਇੱਧਰ ਦੇਖ ਲਓ, ਕਵਰਿੰਗ ਕਰ ਲਓ ਸਾਰੀ, ਬੁਰਾ ਹਾਲ ਆ ਦੋਨਾਂ ਪਾਸੇ। ਮੈਂ ਹਮੇਸ਼ਾ 5-5-7 ਸੌ ਰੁਪਈਆ ਦੇ ਕੇ ਸਫਾਈ ਕਰਾਉਣਾ ਇਹਨੂੰ 5-4 ਦਿਨਾਂ ਬਾਅਦ। ਅਤੇ ਆਹ ਰਿਪੋਰਟਾਂ ਦੇਖ ਲਓ, ਮੀਆਂ ਬੀਬੀ ਨੂੰ ਸਾਨੂੰ ਡੇਂਗੂ ਹੋ ਗਿਆ ਵੈਸੇ। ਇਹ ਜੀ ਮਾਈਕ ਫੜੋ ਇੱਕ ਵਾਰੀ, ਇਹ ਚੰਡੀਗੜ੍ਹ ਕਲੀਨਿਕ ਨਰਸਿੰਗ ਹੋਮ ਦੀਆਂ ਰਿਪੋਰਟਾਂ ਨੇ ਜੀ। 70,000 ਰੁਪਇਆ ਸਾਡਾ ਬਿੱਲ ਬਣਿਆ ਜੀ ਡੇਂਗੂ। ਕੈਮਰਾਮੈਨ ਸਾਹਿਬ ਨੂੰ ਕਹੂੰਗਾ ਥੋੜ੍ਹਾ ਜਿਹਾ ਦਿਖਾ ਦਿਓ ਕਿ ਇਹ ਉਹ ਰਿਪੋਰਟਾਂ ਨੇ ਜੀ ਜਿਹਦੇ ਨਾਲ ਇਹਨਾਂ ਨੂੰ ਡੇਂਗੂ ਹੋਇਆ, ਮੀਆਂ ਬੀਬੀ ਨੂੰ, ਮੀਆਂ ਬੀਬੀ ਨੂੰ ਦੋਨਾਂ ਨੂੰ ਹੋਇਆ, ਤੇ ਬੇਟੇ ਨੂੰ ਵੀ, ਤੇ ਬੇਟੇ ਨੂੰ ਵੀ। ਇਹ ਸਿਰਫ ਇਹਨਾਂ ਗੱਲਾਂ ਕਾਰਨ ਹੋਇਆ। ਸਾਡੇ ਬਾਰਮੁਰ ਤਾਂ ਬਹੁਤ ਜ਼ਿਆਦਾ ਗੰਦ ਗਿਆ ਜੀ, ਪਸ਼ੂ ਫਿਰਦੇ ਫਿਰਦੇ ਯਾਰ, ਇਹ ਹਾਲ ਹੈ ਜੀ। ਉਹ ਸਾਹਮਣੇ ਉਹਨਾਂ ਡਰੰਮ ਲਾ ਰੱਖਿਆ, ਉਹਦੇ ਪਸ਼ੂ ਗਾਵਾਂ ਮੱਝਾਂ। ਚਲੋ ਇਹ ਉਹ ਲੋਕ ਨੇ ਜਿਹੜੇ ਅਫੋਰਡ ਕਰ ਸਕਦੇ ਨੇ, ਪਰ ਜਿਹੜਾ ਬੰਦਾ ਅਫੋਰਡ ਨਹੀਂ ਕਰ ਸਕਦਾ, ਅਸੀਂ ਜੇ ਉਹ ਦੇਖੀਏ ਵੀ ਉਹ ਲੋਕ ਕੀ ਕਰਨਗੇ। ਇਹਨਾਂ ਨੇ ਤਾਂ ਚਲੋ ਵਾਹਿਗੁਰੂ ਨੇ ਇਹਨਾਂ ਨੂੰ ਇੰਨਾ ਕੁ ਸਮਰੱਥ ਬਣਾਇਆ ਸੀ ਕਿ ਇਹਨਾਂ ਨੇ 70,000 ਰੁਪਇਆ ਜਿਹੜਾ ਆਪਣੀ ਅਤੇ ਆਪਣੀ ਵਾਈਫ ਅਤੇ ਆਪਣੇ ਬੱਚੇ ਦੀ ਬਿਮਾਰੀ 'ਤੇ ਲਾਤਾ। ਉਹ ਗਰੀਬ ਲੋਕ ਜਿਹੜੇ ਦਾਣੇ ਦਾਣੇ ਨੂੰ ਮੁਹਤਾਜ ਹੁੰਦੇ ਨੇ, ਜਿਹੜੇ ਮਿਹਨਤ ਕਰਕੇ ਰੋਟੀ ਖਾਂਦੇ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਵੇਰ ਦੀ ਰੋਟੀ ਖਾ ਲਈ ਅਤੇ ਸ਼ਾਮ ਦੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹ ਲੋਕ ਜਦੋਂ ਗੰਦਗੀ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਉਹ ਕਿੱਧਰ ਜਾਣਗੇ? ਉਹ ਕਿਹਦੇ ਤੋਂ ਆਪਣੀਆਂ ਜਿਹੜੀਆਂ ਇਲਾਜ ਕਰਵਾਉਣਗੇ? ਇਹ ਹਾਲ ਹੈ ਜੀ ਸਾਡੇ ਸ਼ਹਿਰ ਦਾ। ਇਹ ਅਸੀਂ ਗੰਦਗੀ ਦੀ ਗੱਲ ਕਰਦੇ ਹਾਂ, ਅਸੀਂ ਸਵੱਛ ਅਭਿਆਨ ਦੀ ਗੱਲ ਕਰਦੇ ਹਾਂ। 1.5-2 ਸਾਲ ਤੋਂ ਬਹੁਤ ਜ਼ਿਆਦਾ ਗੰਦਗੀ ਹੈ, ਪਹਿਲਾਂ ਇੰਨੀ ਗੰਦਗੀ ਹੈ ਨਹੀਂ ਸੀ ਇੱਥੇ। ਆਹ ਤੁਸੀਂ ਆਪ ਦੇਖ ਰਹੇ ਹੋ, ਇਹ ਤਾਂ ਪਰਸੋਂ ਜਦੋਂ ਮੈਂ ਸਾਫ਼ ਕਰਾਇਆ 700 ਰੁਪਇਆ ਦੇ ਕੇ, ਘੱਟੋ ਘੱਟ 8-10 ਹਜ਼ਾਰ ਰੁਪਇਆ ਮੈਂ ਦੇ ਚੁੱਕਿਆ, ਪਤਾ 2 ਮਹੀਨਾ ਪਹਿਲਾਂ 15 ਦਿਨਾਂ ਬਾਅਦ ਇਹਨੂੰ ਸਾਫ਼ ਕਰਾਉਣਾ ਜੀ। ਅਤੇ ਤੁਸੀਂ ਗਏ ਨਹੀਂ ਡਿਪਾਰਟਮੈਂਟ ਕੋਲ? ਗਏ ਹਾਂ ਜੀ, ਨਰੇਸ਼ ਕੁਮਾਰ ਆ ਜੀ, ਉਸਨੂੰ ਬਹੁਤ ਵਾਰੀ ਉਹਨੂੰ ਕਿਹਾ ਜੀ, ਐਮ ਸੀ ਸਾਹਿਬ ਨੂੰ ਵੀ ਕਿਹਾ, ਨਰੇਸ਼ ਨੂੰ ਕਿਹਾ, ਇੱਥੋਂ ਦਾ ਜਿਹੜਾ ਹੈਗਾ ਜੀ। ਕੀ ਕਹਿੰਦੇ ਨੇ ਉਹ? ਉਹ ਕਹਿੰਦੇ ਬਸ ਕਰਾਵਾਂਗੇ, ਅੱਜ ਕਰਾਵਾਂਗੇ, ਕਰਾ ਆਉਂਦੇ ਆ 4 ਦਿਨਾਂ ਬਾਅਦ, ਪਤਾ ਨਹੀਂ ਇਹਨਾਂ ਨਾਲ ਕੋਈ ਮਿਲੀ ਭੁਗਤਾ ਜੀ ਹੋਟਲ ਵਾਲਿਆਂ ਨਾਲ, ਇਹਨਾਂ ਦੀਆਂ ਸਬਜ਼ੀਆਂ ਜਿੰਨੀਆਂ ਸਾਰੀਆਂ ਉਹਦੇ ਕਰਕੇ ਸਾਰਾ ਬੰਦ ਹੋ ਜਾਂਦਾ ਜੀ ਸੀਵਰੇਜ। ਕੈਮਰਾ ਇੱਧਰ ਹੈ ਜੀ, ਕਿਉਂਕਿ ਆਪਾਂ ਆਪਣੀ ਗੱਲ ਜਿਹੜੀ ਸੰਬੰਧਿਤ ਮਹਿਕਮੇ ਤੱਕ ਪਹੁੰਚਾਉਣੀ। ਹਾਂਜੀ ਹਾਂਜੀ, ਆਪਾਂ ਕੈਮਰੇ ਵੱਲ ਦੇਖ ਕੇ ਜ਼ਿਆਦਾ ਗੱਲ। ਹਾਂਜੀ ਹਾਂਜੀ, ਕੋਈ ਗੱਲ ਨਹੀਂ, ਆਹ ਸੀਵਰੇਜ ਬੰਦ ਹੋ ਜਾਂਦਾ 3-4 ਦਿਨ ਜੀ, ਅਤੇ ਇੱਧਰ ਦੇ ਲਓ ਢੇਰ, ਤੁਸੀਂ ਦੇਖ ਹੀ ਲਿਆ ਕੂੜੇ ਦੇ ਸਾਰੇ। ਦੇਖੋ ਜੀ, ਪੁਖਤਾ ਇੰਤਜ਼ਾਮ ਨਹੀਂ ਹੋ ਰਿਹਾ ਇੱਥੇ, ਠੀਕ ਹੈ। ਇਹ ਲੋਕ ਨੇ, ਇਹ ਉਹ ਲੋਕ ਨੇ ਜਿਹੜੇ ਪੱਲਿਓਂ ਪੈਸਾ ਦੇ ਕੇ ਉਹਨੂੰ ਸਾਫ਼ ਕਰਾ ਲੈਂਦੇ ਨੇ। ਡਿਪਾਰਟਮੈਂਟ ਜੇ ਥੋੜ੍ਹਾ ਬਹੁਤਾ ਕੰਮ ਕਰਦਾ ਤਾਂ ਉਹ ਇਹ ਕਰਦਾ ਕਿ ਠੀਕ ਹੈ ਜੀ, ਕੰਮ ਹੋ ਗਿਆ, ਪਰ ਉਸ ਤੋਂ ਬਾਅਦ ਜਿਹੜਾ ਨਰੇਸ਼ ਜੀ ਉਹਨੂੰ ਬਹੁਤ ਵਾਰੀ ਅਸੀਂ ਕਿਹਾ ਇੱਧਰ ਦੀ ਵੀ ਸਫਾਈ ਦਾ ਸਾਡਾ ਧਿਆਨ ਰੱਖਿਆ ਕਰੋ, ਉਹ ਕਹਿ ਦਿੰਦਾ ਵੀ ਅੱਜ ਆਉਣਾ ਜੀ, ਸਵੇਰੇ ਆਉਣਾ, ਕਰਾਉਣ ਨਾਲ ਤਰਵੀਨੀ ਵਾਲੇ ਵੀ 1-2 ਵਾਰੀ ਭੇਜਿਆ ਉਹਨੇ, ਮੁੜ ਕੇ ਗੰਦਗੀ ਇੰਨਾ ਜਦੋਂ ਉਹਨਾਂ ਨੇ ਆਉਣਾ ਬੰਦ ਕਰਤਾ ਜੀ ਇੱਥੇ, ਜਿਨ੍ਹਾਂ ਨੂੰ ਕੰਟੈਕਟ ਦਿੱਤਾ ਵੇ। ਹਾਲੇ ਤਾਂ ਏਰੀਆ ਹੀ ਨਹੀਂ ਕੁਛ ਗਾਇਆ ਜੀ ਅਸੀਂ, ਮੈਨੂੰ ਲੱਗਦਾ 200 ਫੁੱਟ ਤੋਂ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਅਤੇ ਇੰਨਾ ਅਸੀਂ ਹਾਲ ਦੇਖਿਆ। ਨਾਲ ਮੇਰੀ ਬੇਨਤੀ ਉਹਨਾਂ ਲੋਕਾਂ ਨੂੰ ਵੀ ਹੈ ਜਿਹੜੇ ਇਹ ਪ੍ਰੋਗਰਾਮ ਨੂੰ ਦੇਖ ਰਹੇ ਨੇ, ਅਸੀਂ ਜੇ ਇੱਦਾਂ ਦੇ ਕੰਮ ਕਰਦੇ ਹਾਂ, ਜੇ ਸਾਨੂੰ ਦੁੱਖ ਤਕਲੀਫ ਹੁੰਦੀ ਹੈ ਤਾਂ ਕਮ ਸੇ ਕਮ ਸਾਰੇ ਇਕੱਠੇ ਹੋ ਜਾਇਆ ਕਰੋ। ਇਹ ਨਾ ਕਿਹਾ ਕਰੋ ਕਿ ਜੀ ਇਹ ਮੇਰਾ ਏਰੀਆ ਨਹੀਂ, ਮੇਰਾ ਘਰ ਤਾਂ ਬਹੁਤ ਦੂਰ ਹੈ ਅਤੇ ਮੈਂ ਦੱਸ ਨਹੀਂ ਸਕਦਾ ਜੀ। ਦੇਖੋ ਤੁਸੀਂ ਹੋਰ ਵੀ ਕੀ ਕੁਛ ਕਹਿਣਾ ਚਾਹੁੰਦੇ ਹੋ? ਸਰ ਜਿਹੜੀਆਂ ਸਬਜ਼ੀਆਂ ਹੋਟਲ ਦੀਆਂ ਹੈਗੀਆਂ, ਬਚੀਆਂ ਕੁਚੀਆਂ ਸਭ ਸੀਵਰੇਜ 'ਚ ਬੰਦ ਕਰ ਪਾ ਦਿੰਦੇ ਜੀ, ਇਸ ਕਰਕੇ ਸੀਵਰੇਜ ਬੰਦ ਹੋ ਜਾਂਦਾ ਬਹੁਤ ਜ਼ਿਆਦਾ। ਸਾਨੂੰ ਬਹੁਤ ਇੱਥੇ ਧੱਕਾ ਹੁੰਦਾ ਸਾਡੇ ਨਾਲ, ਕਈ ਵਾਰੀ ਤਾਂ ਸਾਨੂੰ ਇੱਟਾਂ ਨਾਲ ਆ ਕੇ ਅੰਦਰ ਵੜਨਾ ਪੈਂਦਾ ਜੀ, ਇੰਨਾ ਪਾਣੀ ਖੜਾ ਪਾਣੀ ਖੜਾ ਹੋ ਜਾਂਦਾ। ਹਾਂਜੀ ਸਰ, ਉਹ ਵੀ ਗੰਦਾ ਪਾਣੀ ਸਰ। ਆਹ ਮੈਂ ਜਾਲੀਆਂ ਅਤੇ ਗਰਿੱਲਾਂ ਦੇ ਪੌਦੇ ਲਵਾਏ ਸੀਗੇ, ਮੈਂ ਅੱਗੇ ਹੋਰ ਲਵਾਉਣੇ ਸੀਗੇ ਜੀ ਜੀ, ਉਹ ਹੀ ਨਹੀਂ ਚੱਲ ਰਹੇ ਜੀ ਗੰਦਗੀ ਕਰਕੇ, ਦੇਖੋ ਤੁਸੀਂ। ਹਾਂ ਬਿਲਕੁਲ, ਅਸੀਂ ਇਹ ਦੇਖ ਸਕਦੇ ਹਾਂ ਕਿ ਉਹ ਜਿਹੜਾ ਬੂਟੇ ਲੱਗੇ ਨੇ ਉਹਦੇ ਥੱਲੇ ਐਡਾ ਗੰਦਾ ਪਾਣੀ ਹੈ, ਤਾਂ ਉਹ ਉਹਨੂੰ ਕਿਸ ਤਰੀਕੇ ਨਾਲ ਵਧਣ ਫੁੱਲਣ ਦੇਗਾ? ਇਹ ਹਾਲ ਹੈ ਜੀ। ਸਰ ਮੈਂ ਬਹੁਤ ਸਪੈਸ਼ਲ ਲਵਾਏ ਸੀਗੇ, ਲੈ ਕੇ ਮਹਿਰਾ ਸਾਹਿਬ ਦੇ ਸਿਫਾਰਿਸ਼ ਨਾਲ ਲਵਾਏ ਸੀਗੇ ਜੀ, ਅੱਗੇ ਵੀ ਲਵਾਏ ਸੀ, ਅੱਗੇ ਜਾਲੀਆਂ ਚੱਕ ਕੇ ਲੈ ਗਏ ਜੀ, ਪਿੱਛੇ ਵੀ ਲਵਾਈਆਂ ਸੀਗੀਆਂ ਜੀ, ਹੋਰ ਵੀ ਮੈਂ ਲਵਾਉਣੀਆਂ ਸੀ ਅੱਗੇ ਤੱਕਰ, ਪਰ ਗੰਦਗੀ ਇੰਨੀ ਹੈ ਜੀ ਇੱਥੇ, ਪੌਦਾ ਕੋਈ ਹੁੰਦਾ ਹੀ ਨਹੀਂ ਗਾ ਜੀ, ਸਾਹ ਜਲ ਜਾਂਦੇ। ਚਲੋ ਇਹ ਹੈ ਜੀ, ਦੇਖੋ ਇਹ ਹਾਲ ਹੈ, ਮੈਂ ਤੁਹਾਨੂੰ ਹੋਰ ਇਹ ਇੱਕ ਹਲੇ ਆ ਜਾਓ ਯਸ਼ ਜੀ, ਆਪਾਂ ਅੱਗੇ ਨੂੰ ਚੱਲਦੇ ਹਾਂ। ਇਹ ਹਾਲ ਮੈਂ ਤੁਹਾਨੂੰ ਦਿਖਾਇਆ ਥੋੜ੍ਹੇ ਜਿਹੇ ਏਰੀਏ ਦਾ, ਤਾਂ ਦੇਖੋ ਕਾਫੀ ਜਿਹੜੀਆਂ ਪ੍ਰੋਬਲਮਸ ਲੋਕਾਂ ਨੂੰ ਇੱਥੇ ਆ ਰਹੀਆਂ ਨੇ। ਤੁਸੀਂ ਕੁਛ ਹੋਰ ਵੀ ਕਹਿਣਾ ਚਾਹੁੰਦੇ ਸੀ, ਕਿਉਂਕਿ ਤੁਸੀਂ ਕਾਫੀ ਇਸ ਤੋਂ ਦੁਖੀ ਹੋਏ ਪਏ ਇਸ ਸਿਸਟਮ ਤੋਂ? ਨਰੇਸ਼ ਜਈ ਹੈ ਜੀ ਕੋਈ, ਨਰੇਸ਼ ਕੁਮਾਰ, ਅਤੇ ਪਹਿਲਾਂ ਤਰਵੇਨੀ ਵਾਲਿਆਂ ਦੇ ਵੀ ਮੈਂ ਗਿਆ ਸੀਗਾ, ਉਹ ਸਾਫ਼ ਕਰ ਦਿੰਦੇ ਸੀਵਰੇਜ, ਅਤੇ ਉਹ ਕਹਿੰਦੇ ਜੀ ਰੋਜ਼ ਰੋਜ਼ ਸਾਡੇ ਤੋਂ ਨਹੀਂ ਹੁੰਦਾ, ਕਹਿੰਦੇ ਪਹਿਲਾਂ ਤਾਂ 5-7 ਵਾਰੀ ਆਏ ਜੀ ਉਹਨਾਂ ਨੇ ਕੀਤਾ ਸੀਵਰੇਜ ਸਾਫ਼ ਕੀਤਾ, ਹੁਣ ਕਹਿੰਦੇ ਸਾਡੇ ਤਾਂ ਰੋਜ਼ ਰੋਜ਼ ਨਹੀਂ ਇੱਥੇ ਆ ਜਾਂਦਾ, ਅਤੇ ਜਿਹੜੇ ਜਮਾਦਾਰ ਇੱਥੇ ਹੈਗੇ ਆ ਉਹ ਕਹਿੰਦੇ ਸਾਨੂੰ ਕੋਈ ਖਰਚਾ ਪਾਣੀ ਤਾਂ ਦਿੰਦੇ ਨਹੀਂ, ਨਾ ਹੀ ਸਾਨੂੰ ਇਹ ਚਾਹ ਪਾਉਂਦੇ ਆ, ਅਸੀਂ ਨਹੀਂ ਸਫਾਈ ਕਰਦੇ ਇਹਨਾਂ ਦੇ ਬੱਚੇ ਛੱਡ ਗਏ। ਅੱਛਾ, ਨਹੀਂ ਸਫਾਈ ਸੇਵਕ ਇਹ ਕਹਿੰਦੇ? ਨਰੇਸ਼ ਕੁਮਾਰ ਆ ਜੀ ਜੇਈ, ਉਹਨੂੰ ਮੈਂ ਬਹੁਤ ਵਾਰੀ ਕਿਹਾ ਜੀ, 5-7 ਵਾਰੀ ਉਹਨੇ ਫੋਨ ਕੀਤਾ, ਅਤੇ ਉਹ ਕਹਿੰਦਾ ਜੀ ਮੈਂ ਤਰਵੇਨੀ ਵਾਲਿਆਂ ਨੂੰ
ਆਪਦਾ ਜਿਹੜਾ ਮੂਹਰੇ ਮੂਹਰੇ ਕਰਾਰ ਕੇ ਸਫਾਈ ਇੱਧਰ ਫਿਰ ਵੀ ਹੋਈ ਸਫਾਈ ਸਫਾਈ ਕਰਮਚਾਰੀ ਚਲੋ ਬਾਊ ਜੀ ਆਪਾਂ ਫਿਰ ਇੱਕ ਵਾਰੀ ਫਿਰ ਗੱਲ ਕਰਦੇ ਹਾਂ ਹਾਂ ਤ੍ਰਿਵੇਣੀ ਵਾਲਾ ਪਤਾ ਕੀ ਕਹਿੰਦਾ ਜੀ ਮੈਂ ਮੁੰਡੇ ਜੀ ਤੋਂ ਪਹਿਲਾਂ ਗੱਲ ਕੀਤੀ ਕੰਪਲੇਂਟ ਲਿਖਾਈ ਵੀ ਅੱਜ ਕੱਲ੍ਹ ਸਾਡੇ ਕਮੀਆਂ ਪੇਸ਼ ਰਹਿੰਦੇ ਸਾਡੇ ਕੋਈ ਸਫਾਈ ਨਹੀਂ ਕਰਦਾ ਉਹ ਕਹਿੰਦੇ ਜੀ ਮੈਨੇਜਰ ਨਾਲ ਗੱਲ ਕਰੋ ਮੈਨੇਜਰ ਕਰੂਗਾ ਮੈਨੇਜਰ ਕੌਣ ਮੈਨੇਜਰ ਆਪਣਾ ਨੌ ਪਤਾ ਨਹੀਂ ਕੀ ਸੀ ਉਹਦਾ ਇੰਨਾ ਤ੍ਰਿਵੇਣੀ ਵਾਲੇ ਦਾ ਹੀ ਆ ਜਦੋਂ ਮੈਂ ਮੈਨੇਜਰ ਨਾਲ ਗੱਲ ਕੀਤੀ ਕਹਿੰਦੇ ਅਸੀਂ ਇੱਥੇ ਕਰ ਨਹੀਂ ਸਕਦੇ ਮੈਂ ਕੀ ਗੱਲ ਕਹਿੰਦੇ ਇੱਥੇ ਹੋਟਲਾਂ ਦਾ ਕੰਮ ਹੈ ਰੋਜ਼ ਬੰਦ ਕਰੀ ਜਾਂਦੇ ਤਾਂ ਅਸੀਂ ਕਿੱਥੇ ਕਿੱਥੇ ਕਰਾਂਗੇ ਇੰਨੀ ਗੱਲ ਮੇਰੀ ਹੋਈ ਆ ਕਦੋਂ ਦੀ ਗੱਲ ਹੈ ਇਹ ਹੈਗੀ ਪਰਸੋਂ ਦੀ ਗੱਲ ਆ ਜੀ ਪਰਸੋਂ ਦੀ 25 ਤਰੀਕ ਦੀ ਗੱਲ ਆ ਜੀ 25 ਫਰਵਰੀ ਨੂੰ ਇਹ ਬਾਊ ਜੀ ਨੇ ਤ੍ਰਿਵੇਣੀ ਦੇ ਕੋਈ ਮੈਨੇਜਰ ਨੇ ਉਹਨਾਂ ਨਾਲ ਇਹ ਗੱਲ ਸਾਰੀ ਕੀਤੀ ਕਿ ਅਸੀਂ ਇਹ ਕਿਉਂਕਿ ਇੱਥੇ ਤਾਂ ਹੋਟਲਾਂ ਦਾ ਕੰਮ ਹੈ ਜੀ ਕੰਪਲੇਂਟ ਲਿਖਾਉਣਾ ਸੀ ਉਹ ਕੋਲ ਉਹ ਪਹਿਲਾਂ ਕਮੇਟੀ ਕਮੇਟੀ ਲਿਖਾਉਣ ਲੱਗਿਆ ਕਮੇਟੀ ਵਾਲੇ ਕਹਿੰਦੇ ਜੀ ਤੁਸੀਂ ਉਹਨੂੰ ਤ੍ਰਿਵੇਣੀ ਵਾਲੇ ਕੋਲ ਲਿਖਾਓ ਮੈਂ ਤ੍ਰਿਵੇਣੀ ਵਾਲੇ ਕੋਲ ਲਿਖਾਉਣ ਲੱਗਿਆ ਉਹ ਕਹਿੰਦੇ ਮੈਨੇਜਰ ਨਾਲ ਇੱਥੇ ਕੰਪਲੇਂਟ ਦੇ ਸੀ ਮੇਰੀ ਲਿਖਦੇ ਸੀਰੀ ਦੀ ਕਿਉਂਕਿ ਇਸ ਏਰੀਏ ਤਾਂ ਰੋਜ਼ ਦਾ ਕੰਮ ਹੀ ਆ ਇੱਥੇ ਹੋਟਲ ਹੈਗੇ ਆ ਹੋਟਲ ਕਰਕੇ ਸਫਾਈ ਰਹਿੰਦੀ ਨੀਗੀ ਅਸੀਂ ਰੋਜ਼ ਕਰਦੇ ਮੈਨੂੰ ਜਿੱਥੋਂ ਤੱਕ ਇਹ ਲੱਗਦਾ ਕਿ ਤ੍ਰਿਵੇਣੀ ਦਾ ਪਤਾ ਨਹੀਂ ਹੋ ਸਕਦਾ ਮੈਂ ਇਸ ਗੱਲ ਤੋਂ ਪਹਿਲਾਂ ਹੀ ਮਾਫੀ ਮੰਗ ਸਕਦਾ ਕਿ ਹੋ ਸਕਦਾ ਕਿ ਮੈਨੂੰ ਇਹ ਲੱਗਦਾ ਕਿ ਅੱਜ ਤਰੀਕ ਹੈਗੀ ਹੈ ਜੀ 2 ਮਾਰਚ ਅਤੇ 25 ਫਰਵਰੀ ਦੀ ਇਹਨਾਂ ਦੀ ਗੱਲ ਹੈ ਪਰ ਮੈਨੂੰ ਲੱਗਦਾ ਸ਼ਾਇਦ ਤ੍ਰਿਵੇਣੀ ਵਾਲਿਆਂ ਦਾ ਜਿਹੜਾ ਕੰਟਰੈਕਟ ਸੀ ਸ਼ਾਇਦ ਉਹ ਖਤਮ ਹੋ ਚੁੱਕਾ ਹੋ ਸਕਦਾ ਪਤਾ ਨਹੀਂ ਚੱਲ ਰਿਹਾ ਜੀ ਤ੍ਰਿਵੇਣੀ ਵਾਲਾ ਕੰਟਰੈਕਟ ਚੱਲ ਰਿਹਾ ਮੈਂ ਆਪਦੀ ਫਿਰ ਕੰਪਲੇਂਟ ਲਿਖਾਈ ਸੀ ਮੇਰੀ ਇੱਕ ਪਰਸੋਂ ਕਰਕੇ ਗਿਆ 28 ਤਰੀਕ ਨੂੰ ਚਲੋ ਇਹਨਾਂ ਦੇ ਕਹਿਣ ਦੇ ਮੁਤਾਬਿਕ ਚੱਲ ਰਿਹਾ ਚਲੋ ਦੇਖੋ ਸਾਡਾ ਪਰਸੋਂ ਕਰਕੇ ਗਿਆ ਜੀ ਮੇਰੇ ਸਾਹਮਣੇ ਉਹਨਾਂ ਦਾ ਕੰਟਰੈਕਟ ਹੈ ਜਾਂ ਨਹੀਂ ਹੈ ਅਸੀਂ ਇਸ ਗੱਲ ਵੱਲ ਨਹੀਂ ਜਾਂਦੇ ਅਸੀਂ ਤਾਂ ਸਿਰਫ ਇਹ ਕਹਿੰਦੇ ਹਾਂ ਵੀ ਇਹ ਲੋਕ ਜਿਹੜੇ ਇੰਨੇ ਦੁਖੀ ਹੋ ਰਹੇ ਨੇ ਇਹ ਕਿਉਂ ਹੋ ਰਹੇ ਨੇ ਇਹਦੀ ਡਿਊਟੀ ਕਿਹਦੀ ਬਣਦੀ ਹੈ ਇਹ ਡਿਪਾਰਟਮੈਂਟਸ ਦੀ ਡਿਊਟੀ ਬਣਦੀ ਹੈ ਕਿ ਅਸੀਂ ਉਹਨਾਂ ਲੋਕਾਂ ਦਾ ਧਿਆਨ ਰੱਖੀਏ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਜਿੰਨਾ ਸੰਬੰਧਿਤ ਮਹਿਕਮਿਆਂ ਤੱਕ ਅਸੀਂ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਕਿ ਅਸੀਂ ਜਿਹੜਾ ਇਹ ਲੋਕ ਹੁਣ ਇਹਨੇ ਤੁਸੀਂ ਇਹ ਦੇਖੋ ਕੰਮ ਕਰ ਇਹ ਉਹ ਲੋਕ ਨੇ ਜਿਹੜੇ ਹੁਣ ਮੈਂ ਆਇਆ ਤਾਂ ਇਹ ਇੱਥੇ ਖੜ੍ਹੇ ਨੇ ਪਰ ਇਹ ਉਹ ਲੋਕ ਨੇ ਜਿਹੜੇ ਕੰਮ ਕਰ ਛੱਡ ਕੇ ਮੇਰੇ ਦੁਆਲੇ ਹੋਏ ਨੇ ਕਿਉਂਕਿ ਇਹਨਾਂ ਨੂੰ ਇਹ ਵੀ ਸ਼ਾਇਦ ਅਸੀਂ ਜੇ ਇਹ ਗੱਲ ਡਿਪਾਰਟਮੈਂਟਸ ਤੱਕ ਪਹੁੰਚੇ ਤਾਂ ਉਹ ਇਹਦਾ ਨਿਵਾਰਨ ਕੋਈ ਕਰਨ ਹੈ ਨਾ ਤਾਂ ਬੇਨਤੀ ਇਹ ਹੈ ਡਿਪਾਰਟਮੈਂਟਸ ਨੂੰ ਵੀ ਭਾਈ ਥੋੜ੍ਹਾ ਜਿਹਾ ਧਿਆਨ ਦਿਓ ਇਹਨਾਂ ਗੱਲਾਂ ਵੱਲ ਜ਼ਰੂਰੀ ਨਹੀਂ ਕਿ ਅਸੀਂ ਇੱਕ ਗੱਲ ਆਪਣੇ ਸਿਰ ਤੋਂ ਲਾ ਕੇ ਦੂਸਰੇ ਦੇ ਅਤੇ ਦੂਸਰਾ ਤੀਸਰੇ ਦੇ ਇੱਦਾਂ ਹੀ ਲੋਕ ਘੁੰਮਦੇ ਰਹਿਣ ਅਤੇ ਉਹ ਹਰਾਸ ਹੋਣਗੇ ਜਦੋਂ ਬੰਦਾ ਹਰਾਸ ਹੁੰਦਾ ਤਾਂ ਫਿਰ ਉਹ ਭੜਾਸ ਜ਼ਿਆਦਾ ਕੱਢਦਾ ਹੈ ਜਿਵੇਂ ਇਹ ਉਹ ਲੋਕ ਨੇ ਇਹ ਜਿਹੜੇ ਪੂਰੇ ਹਰਾਸ ਹੋਏ ਹੋਏ ਨੇ ਤੁਹਾਡਾ ਬਾਊ ਜੀ ਇਹਦੇ ਬਾਰੇ ਕੀ ਕਹਿਣਾ ਇੱਦੂ ਜ਼ਿਆਦਾ ਕੀ ਗੰਦਗੀ ਹੋਊਗੀ ਭਾਈ ਸਾਹਿਬ ਨਰਕ 'ਚ ਰਹੀ ਜਾਂਦੇ ਹਾਂ ਅਸੀਂ ਤਾਂ 25 ਸਾਲ ਹੋ ਗਏ ਅੱਛਾ ਕੋਈ ਸੁਣਦਾ ਨਹੀਂ ਸਵੱਛ ਭਾਰਤ ਹੈ ਬੂੰਦੀ ਸਾਹਿਬ ਨੇ ਚਲਾਇਆ ਉਹਨੇ ਚਲਾਇਆ ਐਪ ਕਰ ਦਿਓ ਉਹ ਕਰ ਦਿਓ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇੰਨੇ ਜ਼ਿਆਦਾ ਪਰੇਸ਼ਾਨ ਆ ਪੁੱਛੋ ਨਾ ਕਈ ਵਾਰ ਤਾਂ ਜੀ ਕਰਦਾ ਇੱਥੋਂ ਜਾ ਹੀ ਵੜੀ ਮਕਾਨ ਮਕੂਨ ਵੇਚ ਕੇ ਪਰ ਕਿੱਥੇ ਜਾਇਆ ਜਾਂਦਾ ਭਾਈ ਸਾਹਿਬ ਜਦੋਂ ਦੇਖੋ ਬੰਦੇ ਨੇ ਬੜੀ ਮਿਹਨਤ ਕਰਕੇ ਇੱਕ ਘਰ ਬਣਾਇਆ ਹੁੰਦਾ ਅਤੇ ਉਹ ਘਰ ਦੇ ਵਿੱਚ ਵੜਨਾ ਉੱਥੇ ਰਹਿਣਾ ਬੋ ਨੂੰ ਝੱਲਣਾ ਗੰਦਗੀ ਨੂੰ ਦੇਖਣਾ ਤਾਂ ਉਸ ਤੋਂ ਅੱਕ ਕੇ ਇਹ ਕਹਿਣਾ ਵੀ ਯਾਰ ਇੱਥੋਂ ਵੇਚ ਕੇ ਹੀ ਚਲੇ ਜਾਈਏ ਕਿੰਨੀਆਂ ਸਧਰਾਂ ਨਾਲ ਬੰਦਾ ਆਪਣਾ ਮਕਾਨ ਬਣਾਉਂਦਾ ਕਿੰਨੇ ਸੁਪਨਿਆਂ ਦੇ ਨਾਲ ਹੈ ਨਾ ਵੀ ਯਾਰ ਮੇਰਾ ਘਰ ਇੱਦਾਂ ਦਾ ਹੋਊਗਾ ਮੇਰੇ ਕੋਲ ਪੌਸ਼ ਇਲਾਕਾ ਕਹਿੰਦੇ ਹਾਂ ਅਸੀਂ ਇਹਨੂੰ ਸ਼ਹਿਰ ਦਾ ਸਭ ਤੋਂ ਪੌਸ਼ ਇਲਾਕਾ ਕਹਿੰਦੇ ਹਾਂ ਸਭ ਤੋਂ ਵੱਧ ਗੰਦਗੀ ਇੱਥੇ ਹੈ ਕੋਈ ਸੁਣਨ ਨੂੰ ਤਿਆਰ ਨਹੀਂ ਕਿੰਨੇ ਵਾਰੀ ਇੰਪਰੂਵਮੈਂਟ ਰੱਚਿਆ ਹੈ ਕਿੱਥੇ ਕਿੱਥੇ ਜਾਇਆ ਕਿਹਨੂੰ ਕਿਹਨੂੰ ਕਰਤਾ ਐਪ ਪਾਓ ਆਹ ਕਰੋ ਆਹ ਕਰੋ ਕੋਈ ਸੁਣਨ ਨੂੰ ਤਿਆਰ ਨਹੀਂ ਮੈਨੂੰ ਤਾਂ ਐਂ ਲੱਗਦਾ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਹੈ ਨਹੀਂ ਹਿੰਦੁਸਤਾਨ 'ਚ ਦੇਖੋ ਜੀ ਹੈ ਸਭ ਕੁਛ ਪਰ ਗੱਲ ਇਹ ਹੈ ਵੀ ਹੁਣ ਸਾਡੀ ਗੱਲ ਉਹਨਾਂ ਤੱਕ ਕਿਵੇਂ ਪਹੁੰਚੂਗੀ ਉਹ ਇਸ ਤਰੀਕੇ ਨਾਲ ਕਿ ਤੁਸੀਂ ਲੋਕ ਉਹਨਾਂ ਨੂੰ ਮਿਲਦੇ ਆ ਰਹੇ ਹੋ ਅਸੀਂ ਜਿਹੜੀ ਸਾਡੀ ਕੋਸ਼ਿਸ਼ ਇਹ ਹੈ ਕਿ CCN ਕੇਬਲ ਦੀ ਕੋਸ਼ਿਸ਼ ਹੈ ਸਾਡਾ ਇੱਕ ਪ੍ਰੋਗਰਾਮ ਹੈ ਕੀ ਹਾਲ ਹੈ ਮੇਰੇ ਸ਼ਹਿਰ ਦਾ ਇਹਦੇ 'ਚ ਅਸੀਂ ਸਾਰਾ ਕੁਝ ਤੁਹਾਨੂੰ ਦਿਖਾਉਂਦੇ ਹਾਂ ਸਾਡੇ ਸ਼ਹਿਰ 'ਚ ਕੀ ਕੁਝ ਵਾਪਰ ਰਿਹਾ ਅਸੀਂ ਮੇਨ ਗੱਲ ਜਿਹੜੀ ਹੈ ਅਸੀਂ ਇਹ ਦੇਖੀਏ ਵੀ ਸਾਡੇ ਸ਼ਹਿਰ ਦੇ ਵਿੱਚ ਗੰਦਗੀ ਕਿੰਨੀ ਹੈ ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਉਹ ਸਫਾਈ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਅਸੀਂ ਬੜੇ ਵੱਡੇ ਵੱਡੇ ਦਾਅਵੇ ਕਰ ਰਹੇ ਹਾਂ ਕਿ ਅਸੀਂ ਜੀ ਸਵੱਛ ਅਭਿਆਨ ਚਲਾਇਆ ਤਾਂ ਸਾਡਾ ਸ਼ਹਿਰ ਹੈ ਮੇਰੇ ਖਿਆਲ ਦੂਸਰੇ ਨੰਬਰ 'ਤੇ ਆਉਂਦਾ ਅਸੀਂ ਉਹ ਦਾਅਵਿਆਂ ਦੀ ਗੱਲ ਕਰਦੇ ਹਾਂ ਵੀ ਉਹ ਕਿੱਥੇ ਕਿਹੜੀ ਗੱਲ 'ਤੇ ਅਸੀਂ ਦਾਅਵਾ ਕਰਦੇ ਹਾਂ ਵੀ ਇੱਥੋਂ ਅਸੀਂ ਆਸ ਅਸੀਂ ਸਫਾਈ ਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਜਿਹੜਾ ਪੇਜ ਹੈ ਕੀ ਹਾਲ ਹੈ ਮੇਰੇ ਸ਼ਹਿਰ ਦਾ ਉਹ ਫੇਸਬੁੱਕ 'ਤੇ ਵੀ ਅਸੀਂ ਇੱਕ ਪੇਜ ਬਣਾਇਆ ਹੋਇਆ ਉਹਦੇ 'ਤੇ ਵੀ ਕਾਇੰਡਲੀ ਤੁਸੀਂ ਦੇਖ ਸਕਦੇ ਹੋ ਤਾਂ ਮੇਰੇ ਵੀਰ ਇੱਕ ਜਿਹੜੀ ਮੇਰੀ ਬੇਨਤੀ ਤੁਹਾਨੂੰ ਇਹ ਹੈ ਵੀ ਜੇ ਤੁਸੀਂ ਉਹ ਪੇਜ਼ ਨੂੰ ਦੇਖਦੇ ਹੋ ਤਾਂ ਉਹਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਕਿਉਂਕਿ ਜਦੋਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਵੀ ਜ਼ਮਾਨਾ ਜਦੋਂ ਤੁਹਾਡੀ ਉਹ ਵਾਲ 'ਤੇ ਉਹ ਜਾਂਦਾ ਤਾਂ ਜਿਨ੍ਹਾਂ ਲੋਕਾਂ ਤੱਕ ਜਿਨ੍ਹਾਂ ਅਫਸਰਾਂ ਤੱਕ ਜਿਹੜੇ ਮਹਿਕਮਿਆਂ ਤੱਕ ਅਸੀਂ ਆਪਣੀ ਗੱਲ ਇਹ ਪਹੁੰਚਾਉਣਾ ਚਾਹੁੰਦੇ ਹਾਂ ਕਮ ਸੇ ਕਮ ਉਹਨਾਂ ਤੱਕ ਪਹੁੰਚੇ ਇਹ ਗੱਲ ਅਤੇ ਉਹਨਾਂ ਨੂੰ ਪਤਾ ਲੱਗੇ ਕਿ ਹਾਲ ਕੀ ਹੋ ਰਿਹਾ ਸ਼ਹਿਰ ਦੇ ਲੋਕ ਕਿੰਨੇ ਦੁਖੀ ਨੇ ਇਹਨਾਂ ਗੱਲਾਂ ਨੂੰ ਲੈ ਕੇ ਜਿਨ੍ਹਾਂ ਗੱਲਾਂ 'ਤੇ ਅਸੀਂ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹਾਂ ਕਿ ਅਸੀਂ ਸਵੱਛ ਅਭਿਆਨ ਚਲਾਇਆ ਹੋਇਆ ਜੀ ਸਵੱਛ ਅਭਿਆਨ ਦੇ ਤਹਿਤ ਅਸੀਂ ਆਹ ਕਰ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਬਜਟ ਆਉਂਦੇ ਨੇ ਜੀ
ਅਸੀਂ ਦੇਖਿਆ ਸੀ ਪਿੱਛੇ ਜੇ ਤੁਹਾਨੂੰ ਮੈਂ ਦਿਖਾਇਆ ਸੀ ਕਿ ਉਹ ਪੁਲ ਦੇ ਨਾਲ ਜਿਹੜਾ ਆ ਸਿਰਫ ਇੱਕ ਪਾਸੇ ਹੀ ਉਹ ਸਾਰੀ ਐਡਵਰਟੀਜ਼ਮੈਂਟ ਕਰਤੀ ਕਿਉਂਕਿ ਉਹ ਦੇਖੋ ਬਜਟ ਤਾਂ ਕਿਤੇ ਨਾ ਕਿਤੇ ਲਾਉਣਾ ਸੋ ਇਹ ਹੈ ਵੀ ਤੁਸੀਂ ਬੜਾ ਛੋਟਾ ਜਿਹਾ ਜਿਹੜਾ ਇਹ ਏਰੀਆ ਦੇਖਿਆ ਮੇਰੀ ਕੋਸ਼ਿਸ਼ ਇਹ ਹੋਊਗੀ ਇਸ ਚੌਂਕ ਤੋਂ ਪਰਲੇ ਪਾਸੇ ਵੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਦਿਖਾ ਦਿਆਂ ਅਤੇ ਆ ਜਾਓ ਆਪਾਂ ਤੁਹਾਨੂੰ ਮੈਂ ਉਹ ਵੀ ਦਿਖਾਉਂਦਾ ਕੁੱਲ ਮਿਲਾ ਕੇ ਕੀ ਗੱਲ ਹੈ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਸੌ ਹੱਥ ਰੱਸਾ ਸਿਰੇ 'ਤੇ ਗੰਢ ਵੀ ਅਸੀਂ ਸ਼ਹਿਰ ਦਾ ਹਾਲ ਹੈ ਜਿਹੜਾ ਉਹ ਚੰਗਾ ਦੇਖਣਾ ਚਾਹੁੰਦੇ ਹਾਂ ਸਾਰੇ ਸ਼ਹਿਰ ਵਾਸੀ ਰਲ ਕੇ ਪਰ ਸ਼ਹਿਰ ਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਕਿ ਸਫਾਈ ਹੋਵੇ ਇੱਥੋਂ ਦਾ ਇੱਕ ਪ੍ਰਬੰਧ ਬਹੁਤ ਅੱਛੇ ਤਰੀਕੇ ਨਾਲ ਹੋਵੇ ਸਵੱਛ ਅਭਿਆਨ ਦੀ ਜੇ ਗੱਲ ਕਰਦੇ ਹਾਂ ਸਵੱਛ ਅਭਿਆਨ ਦੇ ਅਸੀਂ ਦਾਅਵੇ ਕਰਦੇ ਹਾਂ ਤਾਂ ਉਹ ਦਾਅਵੇ ਜਿਹੜੇ ਨੇ ਸਹੀ ਸਾਬਤ ਹੋਣ ਸੋ ਅੱਜ ਹੁਣ ਥੋੜ੍ਹੀ ਜਿਹੀ ਕਿਨਮਿਨ ਵੀ ਸ਼ੁਰੂ ਹੋ ਗਈ ਹੈ ਤਾਂ ਮੇਰੀ ਅੱਜ ਤੱਕ ਹੁਣ ਫਿਲਹਾਲ ਪ੍ਰੋਗਰਾਮ ਦਾ ਆਪਾਂ ਇੱਥੇ ਐਂਡਿੰਗ ਕਰਦੇ ਹਾਂ ਮੇਰੇ ਨਾਲ ਯਸ਼ਪਾਲ ਅਤੇ ਮੈਨੂੰ ਸ਼ਮਿੰਦਰ ਵਿੱਕੀ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ